कौशल साहब बहुत ही वधिया लगे आप पिछले जिहड़े एपीसोड दे विच इक सोहणी जी गलबात कीती बड़ा अज कल हसदा ही नहीं हैगा कोई बिल्कुल जी सही गल ते पता नहीं क्यों मतलब हासे उड गए ने हर वक्त ना 24 घंटे अपने मन दे विच रहिंदा के पैसा कमाइए बस शोहरत कमाइए है ना नाम कमाइए बस यही चलता रहिंदा बिल्कुल ते असन दा कोई ना तो चुटकले सुणाउंदा कोई हुण सोशल मीडिया ने लोकां दा सुभाव चेंज करता सुभाव बड़ा अजीब जिहा हो गया हां जी हां बिल्कुल कोई मजेदार सुभाव नहीं कौशल साहब होर कोई गलबात सुनाओ मैं बाद च सुनाऊंगा सिखो साहब पहले तुसी सुनाओ चलो एक एपिसोड वैसे मैं मेरी औकात नहीं है थोड़े सामने गल्लां नहीं 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 मैं देख लिया हिसाब किताब तुसी एक्टर हो पूरे हैं चेहरे ते लाली भी आ गई नाल दी ना एक्टिंग दे नाम नु ते मैं तुहानू सुनाउणा एक गल हां सुनाओ जी मैं कनेडा बैठा सी मैं वर्ल्ड दी जिहड़ी सब तों वड्डी भंगड़ा अकैडमी है उहदा मीडिया एडवाइजर हां ओके थैंक यू नचदी जवानी है ना कनेडा दी है ना ठीक है जी ते उत्थे बैठा सी मेरा जिहड़े प्रेजिडेंट ने इकबाल विर्क वर्ल्ड दा बहुत वड्डा नाम है बार बार फोन करनो नहीं हट रहा बुला लिए यार है हसी दी गल पर है डेंजरस ਠੀਕ ਹੈ ਜੀ ਵੀ ਜੇ ਅੱਜ ਹਾਈ ਕਮਿਸ਼ਨ ਨੂੰ ਪਤਾ ਲੱਗਣ ਹਾਈ ਕਮਿਸ਼ਨ ਵੀ ਹੱਸੇ ਹਾਂ ਠੀਕ ਹੈ ਯਾਰ ਬੜੀ ਮਜ਼ੇਦਾਰ ਗੱਲ ਹੈ ਯਾਰ ਕੈਨੇਡਾ ਦੇ ਵੀਜ਼ੇ ਲੱਗਦੇ ਕਿਵੇਂ ਨੇ ਕੈਨੇਡਾ ਦੇ ਵੀਜ਼ੇ ਕਿਵੇਂ ਲੱਗਦੇ ਨੇ ਅੱਜ ਤੁਹਾਨੂੰ ਇਹ ਵੀ ਪਤਾ ਲੱਗ ਜਾਣਾ ਹਾਂ ਜੀ ਹੈ ਉਹ ਮੈਂ ਚਲੋ ਯਾਰ ਬੁਲਾ ਲਓ ਭਾਜੀ ਅਸੀਂ ਨਾਲ ਦੀ ਨਾਲ ਉੱਥੇ ਕਾਗਜ਼ ਤਿਆਰ ਕਰੇ ਉਸੇ ਦਿਨ ਤੇ ਸਾਈਨ ਕਰੇ ਦੋਨਾਂ ਨੇ ਅਸੀਂ 에어ਪੋਰਟ ਪਹੁੰਚ ਗਏ ਪੀਅਰਸਨ ਕੈਨੇਡਾ ਦੇ ਹੈ ਨਾ ਜਿਹੜਾ ਮੇਨ 에어ਪੋਰਟ ਅਸੀਂ ਉੱਥੇ ਕਿਸੇ ਨੂੰ ਜਾਣਦੇ ਨਹੀਂ ਸੀ ਉਹਨੂੰ ਕਿਹਾ ਵੀ ਆ ਆ ਕਾਗਜ਼ ਲੈ ਜਾ ਤੂੰ ਉੱਥੇ 에어ਪੋਰਟ ਤੇ ਦਿੱਲੀ ਤੈਨੂੰ ਆ ਬੰਦਾ ਮਿਲੂਗਾ ਉਹਨੂੰ ਫੜਾ ਦੇ ਦੇਖੋ ਭੋਲੇਪਨ ਦੀ ਕਿਆ ਕਮਾਲ ਹੈ ਭੋਲੇਪਨ ਦਾ ਭੋਲਾਪਨ ਕਿੱਥੇ ਬਾੜਾ ਹੋ ਸਕਦਾ ਕਿੱਥੇ ਬਹੁਤ ਚੰਗਾ ਹੋ ਸਕਦਾ ਹਾਸੀ ਵਾਲਾ ਹਾਂਜੀ ਹਾਂਜੀ ਉਹ ਬੰਦਾ ਜੀ ਇੱਥੋਂ ਆਪਣੇ ਘਰਦਿਆਂ ਨੂੰ ਕਹਿ ਕੇ ਠੀਕ ਹੈ ਜੀ ਕਹਿੰਦਾ ਮੇਰਾ ਕੱਲ ਨੂੰ ਵੀਜ਼ਾ ਲੱਗ ਜਾਣਾ ਹੈ ਅੱਛਾ ਸਮਾਨ ਪੈਕ ਕਰ ਲਿਆ ਉਹਨੇ ਅੱਛਾ ਜੀ ਇਹ ਜਗਬਾਣੀ ਅਖਬਾਰ ਦੇ ਵਿੱਚ ਤੇ ਸ਼ਾਇਦ ਪੰਜਾਬੀ ਟ੍ਰਿਬਿਊਨ ਦੋਨਾਂ 'ਚ ਮੇਰੀ ਵਿਦੇਸ਼ ਯਾਤਰਾ ਦੇ ਵਿੱਚ ਛਪਿਆ ਸੀ ਇਹ ਓਕੇ ਆਰਟੀਕਲ ਪ੍ਰੋਪਰ ਠੀਕ ਹੈ ਕਹਿੰਦਾ ਮੈਂ ਸਮਾਨ ਆਪਣਾ ਪੈਕ ਕਰ ਲਿਆ ਤੁਸੀਂ ਕਹਿੰਦਾ ਆਪਣਾ ਐ ਕਰਿਓ ਟਿਕਟ ਮੇਰੀ ਲੈ ਕੇ ਦਿੱਲੀ ਆ ਜਾਓ ਠੀਕ ਹੈ ਜੀ ਦੇਖੋ ਕੰਫੀਡੈਂਸ ਪਹਿਲੇ ਸਮਾਨ ਰੈਡੀ ਕਰ ਲਿਆ ਉਹਨੇ ਕੰਫੀਡੈਂਸ ਦੇਖੋ ਅਜੇ ਕਾਗਜ਼ ਨਹੀਂ ਆਏ ਸਪਾਂਸਰ ਨਹੀਂ ਆਏ ਕੁਝ ਨਹੀਂ ਆਇਆ ਤੇ ਉਹਨੇ ਜੀ ਇੱਥੋਂ ਸਿੱਧਾ ਗਿਆ ਉਹ ਉੱਥੋਂ ਕਾਗਜ਼ ਫੜੇ ਉਹਨੇ ਫੋਨ ਕੀਤਾ ਵੀ ਤੇਰੇ ਕਾਗਜ਼ ਉਹਨੇ ਫੜੇ ਜਾ ਕੇ ਉੱਥੋਂ ਹਾਈ ਕਮਿਸ਼ਨ ਚਲਾ ਗਿਆ ਦਿੱਲੀ ਠੀਕ ਹੈ ਜੀ ਉਹ ਕਹਿੰਦੇ ਇੱਥੇ ਨਹੀਂ ਜਮਾ ਹੁੰਦੇ ਵੀਜ਼ੇ ਮਿਲਦੇ VFS ਚੰਡੀਗੜ੍ਹ ਠੀਕ ਹੈ ਜੀ ਉੱਥੇ ਜਾ VFS ਚੰਡੀਗੜ੍ਹ ਦੀ ਜਗ੍ਹਾ ਗਲਤੀ ਨਾਲ ਕੌਂਸਲੇਟ ਆ ਗਿਆ ਜਿਹੜੀ 17 ਸੈਕਟਰ ਸੀਗੀ ਉੱਥੇ ਜਮਾ ਕਰਾਣ ਆਪਣੇ ਕਾਗਜ਼ ਚੱਕੀ ਫਿਰੇ ਅੱਛਾ ਜੀ ਕਾਗਜ਼ ਚੱਕੀ ਫਿਰੇ ਨਾਲ ਕਹਿੰਦਾ ਜੇ ਥੱਲਾ ਚੱਕੀ ਫਿਰੇ ਦੂਜਾ ਜਿਹੜਾ ਆਪਣਾ ਬੋਰੀ ਹੁੰਦੀ ਹੈ ਹਾਂਜੀ ਅੱਛਾ ਦੇ ਵਿੱਚ ਉਹਦੇ ਵਿੱਚ ਆਪਣੀ ਆਹ ਚੱਕੀ ਫਿਰੇ ਫੋਟੋਆਂ ਅੱਛਾ ਜਿਹੜੀ ਵਿਆਹ ਦੀਆਂ ਵੱਡੀਆਂ ਵੱਡੀਆਂ ਐਲਬਮਾਂ ਹੈਨਾ ਉਹਨੇ ਬਾਅਦ 'ਚ ਗੱਲ ਸੁਣਾਈ ਠੀਕ ਹੈ ਜੀ ਉਹ ਚੱਕੀ ਫਿਰੇ ਉਹ ਲਿਜਾ ਕੇ ਉੱਥੇ ਉਹਨੇ ਜਦੋਂ ਉਹਨੂੰ ਕਹਿੰਦਾ ਆਹ ਲੈ ਫੜ ਮੇਰਾ ਪਾਸਪੋਰਟ ਕਹਿੰਦਾ ਬੋਲ ਕਿੰਨੇ ਘੰਟਿਆਂ ਬਾਅਦ ਵੀਜ਼ਾ ਲੈ ਜਾ ਅੱਛਾ ਜੀ ਮਦਰਾਸੀ ਬੰਦਾ ਉਹ ਕਹਿੰਦਾ ਕੀ ਮਤਲਬ ਤੇਰਾ ਕਹਿੰਦਾ ਕਾਗਜ਼ ਕੋਈ ਦਿਖਾ ਆਪਣੇ ਫਾਈਲਾਂ ਲਿਆ ਉਹ ਫਾਈਲਾਂ ਜੋ ਬੋਰੀ ਚੱਕ ਕੇ ਲਿਆ ਉਹ ਕਹਿੰਦਾ ਰਹਿਣ ਦੇ ਪਿੱਛੇ ਰੱਖ ਇਹਦੇ ਵਿੱਚ ਦੀ ਵੀ ਨਹੀਂ ਆਣੀ ਕਹਿੰਦਾ ਇਹਦਾ ਖਿੜਕੀ ਦੇ ਸਾਰੀ ਪਿੱਛੇ ਛੱਡ ਗਿਆ ਠੀਕ ਹੈ ਉਹਦੇ ਵਿੱਚ ਜਿਵੇਂ ਉਹਨੇ ਗੁਰਦਾਸ ਮਾਨ ਦੇ ਕਿਸੇ ਪ੍ਰੋਗਰਾਮ 'ਚ ਡਫਲੀ ਵਜਾ ਕੇ ਭੰਗੜਾ ਪਾਇਆ ਹੋਇਆ ਅੱਛਾ ਸਾਰੇ ਕਿਸੇ ਦੇ ਉਹ ਉਸ ਤਰ੍ਹਾਂ ਦੀਆਂ ਫੋਟੋਆਂ ਕਿਉਂਕਿ ਉਹ ਹੈਗਾ ਸੀਗਾ ਜਿਹੜਾ ਆਪਣਾ ਡਾਂਸਰ ਨੱਚਦੇ ਨੇ ਮੁੰਡੇ ਕੁੜੀਆਂ ਵਿਆਹਾਂ 'ਚ ਉਹ ਮੁੰਡਾ ਸੀ ਉਹ ਠੀਕ ਹੈ ਜੀ ਅਸੀਂ ਉਹਨੂੰ ਜੱਜ ਬਣਾਇਆ ਉੱਥੇ ਦਾ ਅੱਛਾ ਫੰਕਸ਼ਨ ਦਾ ਠੀਕ ਹੈ ਜੀ ਗਿੱਧਾ ਕੰਪੀਟੀਸ਼ਨ ਸੀ ਉਹਦਾ ਜੱਜ ਬਣਾ ਕੇ ਬੁਲਾ ਰਹੇ ਸੀ ਅਸੀਂ ਅੱਛਾ ਜੀ ਚਲੋ ਅੱਜ ਤਾਂ ਕੁਝ ਨਹੀਂ ਹੁੰਦਾ ਉਹ ਵਿਚਾਰੇ ਦਾ ਵੀਜ਼ਾ ਲੱਗ ਗਿਆ ਹੁਣ ਨਿਬੜ ਗਿਆ ਕੰਮ ਠੀਕ ਹੈ ਤੇ ਉਹ ਜੀ ਉਹਨੇ ਜਦੋਂ ਕਿਹਾ ਉਹ ਕਹਿੰਦਾ ਵੀ ਯਾਰ ਰੁਕ ਤਾਂ ਜਾ ਵੀ ਤੂੰ ਕੀ ਚੱਕਰ ਪਾਇਆ ਕਹਿੰਦਾ ਤੇਰੇ ਕਰਕੇ 8-9 ਕਰੋੜ ਦਾ ਨੁਕਸਾਨ ਹੋਇਆ ਨਾ ਉੱਥੇ ਕੈਨੇਡਾ 'ਚ ਡਾਲਰਾਂ ਦਾ ਹਿਸਾਬ ਤੈਨੂੰ ਪਤਾ ਹਿਸਾਬ ਲਾ ਇੰਨਾ ਪੈਸਾ ਲੱਗਿਆ ਹੋਇਆ ਜੇ ਮੈਂ ਉੱਥੇ ਜੱਜ ਨਾ ਗਿਆ ਪ੍ਰੋਗਰਾਮ ਕਿਹੋ ਜਿਹਾ ਨਾ ਕੈਂਸਲ ਮਦਰਾਸੀ ਕਹਿੰਦਾ ਬਾਬਾ ਰਹਿਣ ਦੇ ਫੜਾ ਪਾਸਪੋਰਟ ਠੀਕ ਹੈ ਉਹਨੇ ਪਾਸਪੋਰਟ ਫੜ ਲਿਆ ਫਿਰ ਕਹਿੰਦਾ ਕਿੰਨੇ ਵਜੇ ਲੱਗ ਜਾਵਾਂ ਉਹ ਕਹਿੰਦਾ ਬਾਬਾ 4:30 ਵਜੇ ਦਾ ਟਾਈਮ ਹੈ ਜਦੋਂ ਪਾਸਪੋਰਟ ਦਿੰਨੇ ਆ ਸੀ ਠੀਕ ਹੈ ਦੇਖੋ ਕੰਫੀਡੈਂਸ ਆਪਾਂ ਕੈਨੇਡਾ ਦੇ ਵੀਜ਼ੇ ਨੂੰ ਰੋਈ ਜਾਂਦੇ ਆ ਕਹਿੰਦੇ ਜੀ ਕਰੋੜ ਰੁਪਇਆ ਲੱਗ ਜਾਂਦਾ 50 ਲੱਖ ਲੱਗ ਜਾਂਦਾ ਕੋਈ ਹੈ ਨਾ ਉਹ 4:30 ਵਜੇ ਪਾਸਪੋਰਟ ਲੈ ਕੇ ਜੀ ਰਾਤ ਨੂੰ ਟਿਕਟ ਲੈ ਕੇ ਉੱਥੇ ਪਹੁੰਚਣਾ ਸੀ ਉਹਨੇ ਮਤਲਬ ਰਾਤ ਨੂੰ ਟਿਕਟ ਠੀਕ ਹੈ ਜੀ ਸਾਨੂੰ ਉਹਦਾ ਮੈਨੂੰ ਕਹਿੰਦਾ ਵੀ ਵਿਰਕ ਸਾਹਿਬ ਕਹਿੰਦੇ ਤੂੰ ਲੈਣ ਜਾਣਾ ਉਹਨੂੰ ਠੀਕ ਹੈ ਚਾਚੇ ਦੇ ਫਾਰਮ 'ਚ ਮੈਂ ਹੈਰਾਨ ਹੋ ਗਿਆ ਦੁਨੀਆ ਕੈਨੇਡਾ 'ਚ ਵੀ ਐਸੀ ਬਸਦੀ ਹੈ ਠੀਕ ਹੈ ਜੀ 150-200 ਏਕੜ ਦਾ ਫਾਰਮ
ਉਹ ਕਹਿੰਦਾ ਵੀ ਆਪਾਂ ਦੋਨੇ ਲੈਣ ਚਾਹਾਂਗੇ ਉਹਨੂੰ ਦੁਨੀਆਦਾਰੀ ਦਾ ਪਤਾ ਹੀ ਨਾ ਅੱਛਾ ਜੀ ਉਹਦੇ ਚਾਚੇ ਨੂੰ ਠੀਕ ਹੈ 35 ਸਾਲ ਪਹਿਲਾਂ ਗਏ ਹੋਏ ਫਾਰਮ ਹਾਊਸ ਬਾਹਰ ਅਸੀਂ ਚਲੇ ਗਏ ਜੀ ਅਗਲੇ ਦਿਨ ਜਦੋਂ ਲੈਣ ਗਏ ਮੈਂ ਉਹਦੇ ਘਰੇ ਰੁਕਿਆ ਉਹ ਥੈਲੇ ਨਹੀਂ ਹੁੰਦੇ ਪੁਰਾਣੇ ਜਿਹੜੇ ਹਾਂਜੀ ਹਾਂਜੀ ਥੈਲੇ ਘੜੀਸੀ ਆਵੇ ਏਅਰਪੋਰਟ ਤੇ ਓਏ ਉਹ ਆਪਣੇ ਚਾਚੇ ਨੂੰ ਪਛਾਣ ਗਏ ਅੱਛਾ ਜੀ ਆ ਗਏ ਕਹਿੰਦਾ ਆ ਗਏ ਉਹ ਕਹਿੰਦਾ ਆ ਗਏ ਆ ਗਏ ਜੁੱਫੀ ਪਾਲੀ ਕੁੱਟ ਗਏ ਉਹ ਸੇਖੋ ਅੱਖਾਂ ਚੋਂ ਹੰਝੂ ਤੇਰੇ ਤਾਂ ਚੱਲਦੀ ਬਹੁਤ ਹੈ ਮੈਨੂੰ ਮਿਲਿਆ ਨਹੀਂ ਸੀ ਉਹ ਕਦੇ ਅੱਛਾ ਜੀ ਆ ਹੱਸੀ ਦੀ ਗੱਲ ਇਹ ਹੈ ਅਸਲੀ ਮੈਂ ਕੀ ਹੋਇਆ ਕਹਿੰਦਾ ਮੈਂ ਜਹਾਜ਼ 'ਚ ਬੈਠਾ ਸੀ ਯਾਰ ਉਹ ਲੰਬੀ ਜੀ 에ਅਰ ਹੋਸਟੈਸ ਆਈ 에ਅਰ ਹੋਸਟੈਸ ਤੁਹਾਨੂੰ ਕਹਿਣਾ ਨਾ ਆਵੇ ਉਹ ਕਹਿੰਦਾ ਜਿਹੜੀ ਉਹ ਕੁੜੀ ਜੀ ਆਈ ਕਹਿੰਦਾ ਮੈਨੂੰ ਕਹਿੰਦੀ ਵੀ ਤੂੰ ਇੱਥੇ ਕਿਉਂ ਬੈਠਾ ਤੈਨੂੰ ਅੱਗੇ ਕਿਤੇ ਬਿਠਾ ਦਈਏ ਕਹਿੰਦਾ ਮੈਂ ਕਿਹਾ ਗੁਰਪ੍ਰੀਤ ਸੇਖੋ ਇਕਬਾਲ ਵਿਰਕ ਅੱਛਾ ਕਹਿੰਦਾ ਮੈਨੂੰ ਖੜਾ ਕਰਕੇ ਲੈ ਗਈ ਅੱਛਾ ਜੀ ਕਹਿੰਦਾ ਅੱਗੇ ਜਾ ਕੇ ਉਹਨੇ ਮੈਨੂੰ ਵੱਡੀ ਸਾਰੀ ਕੁਰਸੀ ਤੇ ਬਿਠਾਤਾ ਬਿਜ਼ਨਸ ਕਲਾਸ ਉਹ ਖਾਲੀ ਪਈ ਹੋਣੀ ਅੱਛਾ ਠੀਕ ਹੈ ਖਾਲੀ ਪਈ ਹੋਣੀ ਉਹ ਕਹਿੰਦਾ ਕਹਿੰਦਾ ਦੇਖ ਯਾਰ ਕਹਿੰਦਾ ਮੈਂ ਤਾਂ ਹੈਰਾਨ ਹੋ ਗਿਆ ਸਾਲੀ ਇੱਥੇ ਵੀ ਚੱਲਦੀ ਹੈ ਜਹਾਜ਼ 'ਚ ਵੀ ਤੁਹਾਡੀ ਫਿਰ ਮੈਂ ਕਿਹਾ ਕੀ ਹੋਇਆ ਕਹਿੰਦਾ ਫਿਰ ਜਦੋਂ ਮੈਂ ਆਇਆ ਉੱਥੇ ਇੱਥੇ ਇਮੀਗ੍ਰੇਸ਼ਨ ਤੇ ਗੋਰਾ ਸੀ ਕਹਿੰਦਾ ਮੈਨੂੰ ਕਹਿੰਦਾ ਕੁਐਸਚਨ ਪੁੱਛਿਆ ਆਪਾਂ ਨੂੰ ਕਿਹੜੀ ਅੰਗਰੇਜ਼ੀ ਆਵੇ ਕਹਿੰਦਾ ਉਹ ਮੈਨੂੰ ਕਹਿੰਦਾ ਪਾਸਪੋਰਟ ਫੜਾਇਆ ਮੈਨੇ ਹਾਂਜੀ ਕਹਿੰਦਾ ਮੈਂ ਨਾਲ ਦੀ ਨਾਲ ਕਿਹਾ ਇਕਬਾਲ ਬਿਰਕੁਰਪੀ ਸੇਖੋ ਕਹਿੰਦਾ ਉਹਨੇ ਮਾਰਿਆ ਠੱਪਾ ਅੱਛਾ ਜੀ ਕਹਿੰਦਾ ਯਾਰ ਇੱਥੇ ਵੀ ਚੱਲਦੀ ਹੈ ਸਾਲੀ ਕਹਿੰਦਾ ਮੈਂ ਤਾਂ ਹੈਰਾਨ ਹੋ ਗਿਆ ਦੇਖੋ ਸਿੰਪਲੀਸਿਟੀ ਤੁਹਾਨੂੰ ਕਿੱਥੇ ਲੈ ਜਾਂਦੀ ਹੈ ਹਾਂਜੀ ਹਾਂ ਇਹ ਜਿਹਾ ਹਾਸੀ ਦੀ ਗੱਲ ਹੈ ਸਾਡੇ ਵਰਗੇ ਬੰਦੇ ਉੱਥੇ ਲੇਬਰ ਕਰਦੇ ਨੇ ਉਹ ਪੌਂਦਾ ਸੀ ਡਬਲੀ ਜੀ ਵਿਆ ਕੇ ਭੰਗੜਾ $5,000-6,000 ਇਕੱਠਾ ਕਰ ਲੈਂਦਾ ਸੀ ਇੱਕ ਦਿਨ ਦਾ ਠੀਕ ਹੈ ਦੇਖੋ ਇੱਕ ਗਰੀਬ ਬੰਦਾ ਪੰਜ ਪੜਿਆ ਹੋਇਆ ਉੱਥੇ ਰਿਹਾ ਨਹੀਂ ਹੈਗਾ ਅੱਛਾ ਉੱਥੇ ਰਿਹਾ ਨਹੀਂ ਹੈਗਾ ਕੋ ਰਿਹਾ ਕਿਉਂ ਨਹੀਂ ਜੀ ਰਿਹਾ ਪੱਕਾ ਥੋੜੀ ਸੀ ਉਹ ਵਿਜ਼ਟਰ ਬੁਲਾਇਆ ਸੀ ਅਸੀਂ ਬੁਲਾਇਆ ਸੀ ਜਿਵੇਂ ਮਤਲਬ ਜੇ ਕੋ ਹੋਰ ਗਰੀਬ ਮੁੰਡਾ ਹੁੰਦਾ ਅਸੀਂ ਤਰਸ ਖਾ ਕੇ ਬੁਲਾਇਆ ਹੁੰਦਾ ਉਹ ਗਾਇਬ ਹੋ ਜਾਂਦਾ ਹਾਂ ਬਿਲਕੁਲ ਸਹੀ ਗੱਲ ਪਰ ਉਹ ਗਾਇਬ ਨਹੀਂ ਹੋਇਆ ਉਹਦੀ ਸਿੰਪਲੀਸਿਟੀ ਐਸੀ ਹੈ ਐਸੀਆਂ ਗੱਲਾਂ ਕੌਸ਼ਲ ਸਾਹਿਬ ਦੁਨੀਆ ਦੀਆਂ ਬਿਲਕੁਲ ਇਹ ਤਾਂ ਹੈ ਹੈ ਨਾ ਜੀ ਬਿਲਕੁਲ ਫਿਰ ਅਗਲੇ ਪ੍ਰੋਗਰਾਮ ਤੇ ਫਿਰ ਤੁਹਾਨੂੰ ਮਿਲਦੇ ਹਾਂ ਓਕੇ ਜੀ